छोड़ रे जो पाप कमावदा मेरे मा
धर्मी विगसे
ਠੋਡਰੇ ਜੋ ਪਾਪ ਕਮਾਉਂਦਾ ਛੋਡਰੇ ਜੋ ਪਾਪ ਪਾਪ ਕਮਾਉਂਦਾ ਧਰਮੀ ਵਿਗਸੇਤ ਹਰ ਅੰਤਰ ਬਾਹਰ ਇੱਕ ਤੋਂ ਹਰ ਅੰਦਰ ਬਾਹਰ ਅੰਦਰ ਬਾਹਰ ਇੱਕ ਤੂੰ ਤੂੰ ਜਾਣੇ ਬੇਤ ਤੂੰ ਮੇਰੇ ਅੰਦਰ ਦੇ ਵਿਚਾਰਾਂ ਨੂੰ ਵੀ ਜਾਣਨਾ ਹੈ ਕਿਉਂਕਿ ਤੂੰ ਅੰਦਰ ਵੀ ਹੈ ਤੂੰ ਬਾਹਰ ਦੇ ਮੇਰੇ ਵਿਹਾਰਾਂ ਨੂੰ ਵੀ ਜਾਣਨਾ ਹੈ ਕਿਉਂਕਿ ਤੂੰ ਬਾਹਰ ਵੀ ਹੈ ਅੰਤਰ ਏਕੋ ਬਾਹਰ ਏਕੋ ਸਭ ਮੈਂ ਏਕ ਸਮਾਈ ਬਾਹਰ ਭੀਤਰ ਏਕੋ ਜਾਣੋ ਇਹ ਗੁਰਗਿਆਨ ਬਤਾਈ ਤੂੰ ਅੰਦਰ ਵੀ ਹੈ ਬਾਹਰ ਵੀ ਇਸ ਲਈ ਵਿਚਾਰ ਮੇਰੇ ਅੰਦਰ ਨੇ ਮੈਂ ਸਮਝਦਾ ਕਿਸੇ ਨੂੰ ਕੀ ਪਤਾ ਹੈ ਮੈਂ ਕੀ ਸੋਚ ਰਿਹਾ ਪਰ ਤੂੰ ਅੰਦਰ ਬੈਠਾ ਤੂੰ ਮੇਰੇ ਅੰਦਰ ਦੀਆਂ ਵੀ ਜਾਣਨਾ ਹੈ ਬਾਹਰ ਦੇ ਕਰਮਾਂ ਨੂੰ ਮੈਂ ਭੇਖ ਨਾਲ ਛੁਪਾਉਣ ਦੀ ਕੋਸ਼ਿਸ਼ ਕਰਨਾ ਇਸੇ ਲਈ ਭੇਖੀ ਬਣ ਗਿਆ ਪਰ ਤੂੰ ਬਾਹਰ ਦੇ ਮੇਰੇ ਕਰਮਾਂ ਨੂੰ ਵੀ ਜਾਣਨਾ ਹੈ ਕਿਉਂਕਿ ਤੂੰ ਅੰਦਰ ਵੀ ਹੈ ਬਾਹਰ ਵੀ ਹੈ ਹਰ ਅੰਦਰ ਬਾਹਰ ਇੱਕ ਤੂੰ ਤੂੰ ਜਾਣੇ ਬਹਿਤ ਭੇਤ ਜਾਣਨਾ ਰਾਤ ਵਾਲੇ ਸਬਜੈਕਟ ਨੂੰ ਨਾਲ ਜੋੜਨਾ ਚਾਹੁੰਦਾ ਕਿਉਂਕਿ ਮਨੁੱਖ ਦੀ ਜ਼ਿੰਦਗੀ ਜੀਵਨ ਔਕੜਾਂ ਵਿੱਚੋਂ ਪਛਾਣ ਅਤੇ ਨਿਕਲਣਾ ਕਿਵੇਂ ਇਹਦਾ ਭੇਤ ਹੀ ਜਾਣਨਾ ਚਾਹੁੰਦਾ ਜੀਵਨ ਵਿੱਚ ਆ ਜਿੰਨੀ ਵਿੱਦਿਆ ਹੈ ਜਿੰਨੀ ਪੜ੍ਹਾਈ ਹੈ ਜਿੰਨੇ ਕਾਲਜ ਨੇ ਯੂਨੀਵਰਸਿਟੀਆਂ ਨੇ
ਇਹ ਕਿਸੇ ਨਾ ਕਿਸੇ ਸਬਜੈਕਟ ਦੇ ਵਿੱਚ ਆ ਕੇ ਭੇਤ ਦੇ ਰਹੀਆਂ ਨੇ, ਇਹ ਅਸਮਾਨ ਕੀ ਹੈ, ਤਾਰੇ ਕੀ ਨੇ, ਸਾਇੰਸ ਕੀ ਹੈ, ਇਹ ਸਾਰੇ ਭੇਤ ਨੇ। ਅਤੇ ਮਨੁੱਖ ਉਹਨਾਂ ਭੇਤਾਂ ਨੂੰ ਜਾਣਨਾ ਚਾਹੁੰਦਾ ਹੈ। ਅਤੇ ਗੁਰੂ ਕਹਿੰਦੇ ਨੇ ਕੋਈ ਟਿਕਾਣਾ ਐਸਾ ਹੈ ਜਿੱਥੇ ਸਾਇੰਸ ਨਹੀਂ ਪੁੱਜ ਸਕਦੀ, ਉਹ ਅਸਮਰੱਥ ਹੈ। ਪਰ ਹੇ ਪ੍ਰਭੂ ਤੂੰ ਉੱਥੇ ਵੀ ਹੈ, ਇਸ ਲਈ ਜੇ ਬ੍ਰਹਿਮੰਡ ਦਾ ਭੇਤ ਲੈਣਾ ਹੋਵੇ ਤਾਂ ਜਿੰਨਾ ਤੇਰੇ ਕੋਲੋਂ ਮਿਲ ਸਕਦਾ ਉਹ ਕਿਸੇ ਯੂਨੀਵਰਸਿਟੀ ਤੋਂ ਨਹੀਂ ਮਿਲ ਸਕਦਾ। ਤੂੰ ਸਾਰੇ ਭੇਤ ਜਾਣਨਾ, ਤੂੰ ਮੇਰੇ ਅੰਦਰ ਦੀਆਂ ਵੀ ਜਾਣਨਾ, ਬਾਹਰ ਦੀਆਂ ਵੀ ਜਾਣਨਾ। ਲਓ ਹੁਣ ਜ਼ਰਾ ਇਸ ਸ਼ਬਦ ਨੂੰ ਆਪਾਂ ਅੱਗੇ ਤੋਰੀਏ। ਹੇ ਮਨ, ਉਹ ਅੰਦਰ ਦੀਆਂ ਬਾਹਰ ਦੀਆਂ ਜਾਣਦਾ ਹੈ, ਜੋ ਕੀਚੈ ਸੋ ਹਰ ਜਾਣਦਾ, ਇਸ ਲਈ ਉਸੇ ਨੂੰ ਚੇਤੇ ਰੱਖ ਜਿਹੜਾ ਹਰ ਭੇਤ ਜਾਣਦਾ ਹੈ। ਮੇਰੇ ਮਨ ਹਰ ਚੇਤ, ਉਹਦਾ ਨਤੀਜਾ ਇਹ ਹੈ ਕਿ ਜਿਹੜਾ ਮਨੁੱਖ ਪਾਪ ਕਰ ਰਿਹਾ ਹੈ ਉਹ ਰੱਬ ਕੋਲੋਂ ਡਰੇਗਾ, ਆਖੇਗਾ ਉਹ ਜਾਣਦਾ ਹੈ। ਸੋ ਡਰੇ ਜੋ ਪਾਪ ਕਮਾਵਾਂਦਾ ਉਹ ਡਰੇਗਾ, ਵੀ ਹੋਰ ਕੋਈ ਨਹੀਂ ਦੇਖਦਾ ਪਰ ਉਹ ਤਾਂ ਜਾਣਦਾ ਨਾ। ਜਿਹੜਾ ਧਰਮੀ ਹੈ, ਧਰਮ ਕਰ ਰਿਹਾ, ਉਹ ਖੁਸ਼ ਅਤੇ ਪ੍ਰਸੰਨ ਰਹੇਗਾ। ਵਿਗਸ ਦਾ ਮਤਲਬ ਹੁੰਦਾ ਹੈ ਵਿਗਾਸ, ਖੁਸ਼ੀ, ਉਹ ਖੁਸ਼ ਰਹੇਗਾ, ਉਹ ਆਖੇਗਾ ਮੈਨੂੰ ਕੀ ਫਿਕਰ ਹੈ, ਮੈਂ ਕਿਹੜਾ ਕੋਈ ਪਾਪ ਕੀਤਾ ਹੈ। ਧਰਮੀ ਵਿਗਸੇਤ, ਉਹ ਖੁਸ਼ ਰਹੇਗਾ। ਕਿਉਂ? ਇਸ ਲਈ ਕਿਉਂਕਿ ਉਹ ਸਮਝੇਗਾ ਵੀ ਤੂੰ ਬੇਇਨਸਾਫੀ ਕਦੀ ਨਹੀਂ ਕਰਦਾ, ਅਨਿਆਇ ਕਦੀ ਕਰਦਾ, ਤੂੰ ਸਾਰਿਆਂ ਦੇ ਭੇਤ ਜਾਣਨਾ ਹੈ, ਅੰਦਰ ਦੇ ਬਾਹਰ ਦੇ ਜਾਣਨਾ ਹੈ, ਧਰਮੀ ਅਤੇ ਅਧਰਮੀ ਨੂੰ ਜਾਣਨਾ ਹੈ। ਇਸ ਲਈ ਜੇ ਮੈਂ ਕੋਈ ਗੁਨਾਹ ਨਹੀਂ ਕੀਤਾ ਮੈਨੂੰ ਡਰ ਕੋਈ ਨਹੀਂ ਹੋਣਾ ਚਾਹੀਦਾ। ਤੂੰ ਸੱਚਾ ਆਪ, ਨਿਆਂ ਸੱਚ, ਤਾਂ ਡਰੀਏ ਕੇਤ। ਮੈਂ ਇਸੇ ਲਈ ਵਿਗਾਸ ਵਿੱਚ ਅੰਗ, ਨਾਨਕ ਭਗਤਾਂ ਸਦਾ ਵਿਗਾਸ, ਮੈਨੂੰ ਕੋਈ ਡਰ ਨਹੀਂ। ਤਾਂ ਡਰੀਏ ਕੇਤ, ਕਿਉਂਕਿ ਜਿਹੜਾ ਸੱਚ ਨਾਲ ਜੁੜਦਾ ਹੈ ਉਹਨੂੰ ਸੱਚ ਆਪਣੇ ਵਿੱਚ ਸ਼ਾਮਿਲ ਕਰ ਲੈਂਦਾ ਹੈ। ਉਹ ਜਿੱਥੇ ਵੀ ਜਾਵੇ ਉੱਥੇ ਹੀ ਸੋਚਾ ਹੈ। ਜਿਨ੍ਹਾਂ ਨਾਨਕ ਸੱਚ ਪਛਾਣਿਆ ਸੇ ਸੱਚ ਰਰੇਤ। ਲਓ ਹੁਣ ਆਪਾਂ ਜ਼ਰਾ ਇਹਨੂੰ ਵਿਸਥਾਰ ਨਾਲ ਇਸ ਸ਼ਬਦ ਦੀਆਂ ਪੰਜ ਲਾਈਨਾਂ ਨੂੰ ਸਮਝਣਾ। ਰਾਤ ਦੇ ਸਬਜੈਕਟ ਨੂੰ ਨਾਲ ਜੋੜਨਾ ਹੈ,
ਰਾਤ ਇੱਕ ਸ਼ਬਦ ਦੇ ਵਿੱਚ ਖਾਸ ਸਬਜੈਕਟ ਸੀ, ਉਹ ਇਹ ਕਿ ਸੰਸਾਰ ਜਿਹੜਾ ਹੈ ਉਹ ਸਹਿਸਿਆਂ ਵਿੱਚ ਹੈ, ਫਿਕਰ ਅਤੇ ਚਿੰਤਾ ਵਿੱਚ ਹੈ, ਅਤੇ ਫਿਕਰ ਚਿੰਤਾ ਡਰ ਇੱਥੇ ਕਹਿ ਦਿੱਤਾ ਹੈ ਉਹ ਪਾਪ ਨੂੰ, ਪਾਪ ਕਰਨ ਵਾਲੇ ਨੂੰ ਸੋ ਡਰ ਹੈ ਜੋ ਪਾਪ ਕਮਾਉਂਦਾ। ਮੈਂ ਦੋਵਾਂ ਨੂੰ ਸਬਜੈਕਟਾਂ ਨੂੰ ਮਿਲਣਾ ਚਾਹੁੰਦਾ, ਉਹ ਪਾਪ ਕਰਨ ਵਾਲੇ ਤਾਂ ਹੁੰਦਾ। ਅਤੇ ਰਾਤ ਨੂੰ ਇੱਕ ਖਿਆਲ ਆਇਆ ਸੀ ਕਿ ਭਲਿਓ ਜੇ ਪਾਪ ਕਰਨ ਵਾਲੇ ਨੂੰ ਹੀ ਡਰ ਹੁੰਦਾ ਹੈ, ਸਹਿਸਾ ਫਿਕਰ ਚਿੰਤਾ ਹੁੰਦੀ ਹੈ, ਧਰਮ ਕਰਨ ਵਾਲੇ ਨੂੰ ਨਹੀਂ ਹੁੰਦੀ, ਧਰਮ ਵਿੱਚ ਨਹੀਂ ਹੁੰਦੀ, ਤਾਂ ਸੰਸਾਰ ਅੰਦਰ ਜਿੰਨਾ ਧਰਮ ਕਰਮ ਹੋ ਰਿਹਾ ਹੈ ਉਹ ਤਾਂ ਸਾਰਾ ਡਰ ਪਿੱਛੇ ਹੋ ਰਿਹਾ। ਇੱਥੋਂ ਚੱਲ ਗੁਰਬਾਣੀ ਵਿੱਚੋਂ ਬਹੁਤ ਕੁਝ ਖੁੱਲ ਜਾਂਦਾ, ਜਿੰਨਾ ਧਰਮ ਕਰਮ ਹੋ ਰਿਹਾ, ਧਰਮ ਦੇ ਨਾਮ ਥੱਲੇ ਕੰਮ ਹੋ ਰਿਹਾ ਉਹ ਕਿਸੇ ਡਰ ਪਿੱਛੇ ਹੋ ਰਿਹਾ। ਜੇ ਧਰਮੀ ਵਿਕਸਿਤ ਹੈ, ਧਰਮ ਵਿੱਚ ਡਰ ਕੋਈ ਨਹੀਂ, ਤੇ ਫਿਰ ਧਰਮੀ ਨੂੰ ਡਰ ਕਿਉਂ ਦਿਖਾਇਆ ਗਿਆ? ਭਾਵੇਂ ਉਹਨੂੰ ਧਰਮ ਰਾਜ ਦਾ ਦਿਖਾਇਆ ਗਿਆ, ਭਾਵੇਂ ਉਹਨੂੰ ਨਰਕ ਦਾ ਦਿਖਾਇਆ ਗਿਆ, ਭਾਵੇਂ ਮਰਨ ਤੋਂ ਬਾਅਦ ਕੀਤੇ ਕਰਮਾਂ ਦੇ ਹਿਸਾਬ ਦਾ ਡਰ ਸਾਹਮਣੇ, ਪਰ ਕੋਈ ਡਰ ਹੈ? ਜਿੰਨਾ ਧਰਮ ਕਰਮ ਹੋ ਰਿਹਾ ਨਾ ਉਹ ਸਾਰਾ ਡਰ ਵਿੱਚੋਂ ਜਨਮ ਲੈ ਰਿਹਾ। ਮਨੁੱਖ ਚਾਹੁੰਦਾ ਮੈਨੂੰ ਹਿਸਾਬ ਨਾ ਦੇਣਾ ਪਵੇ, ਮਨੁੱਖ ਚਾਹੁੰਦਾ ਮੈਂ ਨਰਕ ਤੋਂ ਬਚ ਜਾਂ, ਕਿਸੇ ਤਰ੍ਹਾਂ ਮੈਨੂੰ ਮੁਕਤੀ ਮਿਲ ਜਾਏ, ਇਹ ਸਾਰਾ ਕੁਝ ਇੱਕ ਡਰ ਹੀ ਹੈ। ਤਾਂ ਆਖਰ ਕਿਉਂ? ਲਓ ਇੱਥੇ ਰੁਕਣਾ। ਆਖਰ ਕਿਉਂ? ਧਰਮ ਅਤੇ ਡਰ, ਧਰਮ ਅਤੇ ਸਹਿਸ, ਫਿਕਰ ਚਿੰਤਾ। ਧਰਮ ਨੇ ਕਿਹੜਾ ਗੁਨਾਹ ਕੀਤਾ ਹੈ? ਉਹ ਧਰਮ ਕੀ ਹੋਇਆ ਜਿਹਦੇ ਵਿੱਚ ਉਹ ਚਿੰਤਾ ਫਿਕਰ ਪੈਦਾ ਹੋ ਜਾਣ? ਲਓ ਹੁਣ ਆਪਾਂ ਇਸ ਦੀ ਵਿੱਚ ਬੜਾ ਡੂੰਘਾ ਜਿਹਾ ਗੰਭੀਰ ਜਿਹਾ ਮਸਲਾ ਹੈ, ਸਬਜੈਕਟ ਹੈ, ਹੋ ਸਕਦਾ ਇਸ ਅੱਜ ਦੇ ਦੀਵਾਨ ਵਿੱਚ ਇਹ ਸਮਾਪਤ ਨਾ ਕਰ ਸਕਾਂ, ਅਤੇ ਇਹਨੂੰ ਆਪਾਂ ਅਗਲੇ ਹਫ਼ਤੇ ਦੇ ਦੀਵਾਨ ਵਿੱਚ ਵੀ ਸਵੇਰ ਦੇ ਵਿੱਚ ਲਿਜਾਈਏ। ਧਰਮ ਦੇ ਖੇਤਰ ਵਿੱਚ ਗੁਨਾ ਕਿਉਂ, ਸਾਸ ਫਿਕਰ ਉਦਾਸੀਆਂ ਕਿਉਂ? ਇੱਥੇ ਤਾਂ ਵਿਕਾਸ ਹੋਣਾ ਚਾਹੀਦਾ, ਧਰਮੀ ਵਿਗਸੇਤ ਹੋਣਾ ਚਾਹੀਦਾ। ਕਹਿੰਦੇ ਨੇ ਲਓ ਇਸ ਗੱਲ ਦਾ ਭੇਤ ਗੁਰੂ ਕੋਲੋਂ ਪੁੱਛੋ ਵੀ ਧਰਮ ਵਿੱਚ ਚਿੰਤਾਵਾਂ ਫਿਕਰ ਕਿਉਂ ਨੇ? ਅਤੇ ਰਾਤ ਵੀ ਇੱਕ ਲਫ਼ਜ਼ ਆਏ ਸਨ ਕਿ ਸੰਸਿਆ ਤੋਂ ਸਹਿਸਿਆਂ ਤੋਂ ਬਚਣ ਦਾ ਤਰੀਕਾ ਉਹਦਾ ਭੇਤ ਗੁਰੂ ਕੋਲ ਹੈ, ਉਹਨੇ ਦੱਸਿਆ ਹੈ।
ਉਹਨੇ ਦੱਸਿਆ। ਭਗਤ ਬਿਨਾਸਾ ਸਾਹਿਬ ਨੇ ਜੋ ਕਿ ਗੁਰ ਜੇ ਭੇਦ ਬਤਾਵੇ, ਰਾਤ ਦੀ ਲਾਈਨ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ, ਗੁਰ ਇਹ ਭੇਦ ਬਤਾਵੇ, ਗੁਰੂ ਇਹ ਭੇਤ ਦਿੰਦਾ ਹੈ ਸਾਨੂੰ ਪਤਾ ਲੱਗੇ ਵੀ ਆਖਰ ਧਰਮ ਦੇ ਖੇਤਰ ਵਿੱਚ ਜਿੱਥੇ ਵਿਕਾਸ ਹੋਣਾ ਸੀ, ਧਰਮ ਹੀ ਵਿਕਸਿਤ ਹੋਣਾ ਸੀ, ਧਰਮ ਦੁਨੀਆ ਇੰਨੇ ਉਜਲੇ ਮਨ ਨਾਲ ਇੰਨੇ ਚਾਅ ਨਾਲ ਧਰਮ ਕਰਮ ਕਰਦੀ ਹੈ, ਪਰ ਖਲੋਤਾ ਪਿੱਛੇ ਇੱਕ ਡਰ ਹੁੰਦਾ ਹੈ ਕਿ ਕਿਉਂ। ਗੁਰੂ ਨੇ ਆਖਿਆ ਉਹ ਇਸ ਲਈ ਕਿਉਂਕਿ ਧਰਮ ਅੱਜ ਵਿਕਾਸ ਨਹੀਂ ਇੱਕ ਬੰਧਨ ਬਣ ਗਿਆ ਹੈ, ਗੁਰੂ ਭੇਜਦੇ ਰਿਹਾ। ਗੁਰਬਾਣੀ ਦੀਆਂ ਲਾਈਨਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ। ਗੁਰੂ ਕਹਿੰਦੇ ਨੇ ਬੰਧਨ ਬੰਧਨ ਧਰਮ ਕਰਮ ਹੋ ਕੀਆ। ਲਓ ਧਰਮ ਕਰਮ ਬੰਧਨ ਬਣ ਗਿਆ, ਪਰ ਰੋਜ਼ਾਨਾ ਜੀਵਨ ਵਿੱਚੋਂ ਆਪਣੇ ਆਪ ਦੇ ਜੀਵਨ ਵਿੱਚੋਂ ਅਸੀਂ ਨੇੜਿਓਂ ਦੇਖੀਏ ਜਿੰਨੇ ਬੰਧਨ ਜਿੰਨੀਆਂ ਪਾਬੰਦੀਆਂ ਧਰਮ ਨਾਮ ਥੱਲੇ ਨੇ ਸਾਡੇ 'ਤੇ ਓਨੀਆਂ ਕਿਸੇ ਹੋਰ ਦਾਇਰੇ ਵਿੱਚ ਨਹੀਂ। ਧਰਮ ਤੋਂ ਮਨੁੱਖ ਹਮੇਸ਼ਾ ਡਰਦਾ, ਜੇ ਮੈਂ ਆਹ ਕੰਮ ਕੀਤਾ ਮੈਂ ਧਰਮੀ ਨਹੀਂ ਰਹਿਣਾ। ਮੈਨੂੰ ਕੱਲ੍ਹ ਹੀ ਬੇਟਾ ਦੱਸ ਰਿਹਾ ਸੀ ਵੀ ਕਿਸੇ ਅਸਥਾਨ 'ਤੇ ਗਿਆ ਅਤੇ ਕਿਸੇ ਨੇ ਆਖਿਆ ਜਨਾਬ ਲਾ ਅੰਦਰ ਜਾਈ, ਜਰਾਬ ਪਾ ਕੇ ਤੂੰ ਅੰਦਰ ਨਹੀਂ ਜਾ ਸਕਦਾ, ਹੈਂ ਕਿੱਥੇ ਨਹੀਂ ਜਾ ਸਕਦਾ ਧਰਮ ਸਥਾਨ 'ਤੇ। ਕਹਿੰਦਾ ਮੈਂ ਅੱਗੋਂ ਆਖਿਆ ਵੀ ਤੂੰ ਪਜਾਮਾ ਪਾ ਲੈ, ਤੂੰ ਪਜਾਮਾ ਲਾ ਹੀ ਫਿਰਨਾ, ਤੂੰ ਪਜਾਮਾ ਪਾ ਲੈ ਮੈਂ ਜਰਾਬ ਲਾ ਦੇਣਾ। ਤੂੰ ਮੇਰੇ ਕਹਿਣ ਦਾ ਮਤਲਬ ਬੱਚਿਆਂ ਤੱਕ ਇਹ ਗੱਲ ਇੱਕ ਬੰਧਨ ਦੀ ਚਲੀ ਗਈ ਕਿ ਜਰਾਬ ਪਾ ਕੇ ਧਰਮ ਅਸਥਾਨ 'ਤੇ ਨਹੀਂ ਜਾਇਆ ਜਾ ਸਕਦਾ, ਬੰਧਨ। ਮਹਿਰਾਨ ਹੋਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਕੋਈ ਕਸਰ ਨਹੀਂ ਛੱਡੀ, ਚੰਗੀ ਤਰ੍ਹਾਂ ਖੋਲ੍ਹੇ ਨੇ ਭੇਤ, ਕਿਉਂਕਿ ਰਾਤ ਗੁਰ ਦੱਸੇ ਭੇਤ ਵਾਲੀ ਗੱਲ ਹੈ, ਉਹ ਅਸੀਂ ਭੇਤ ਸਮਝਣੇ ਨੇ ਗੁਰੂ ਕੋਲੋਂ, ਅਤੇ ਤਾਂ ਕਿ ਭੁਲੇਖਾ ਨਾ ਰਹੇ ਧਰਮੀ ਵਿਗਸੇਤ ਕਿਉਂ ਨਹੀਂ। ਪਿਛਲੇ ਦਿਨਾਂ ਵਿੱਚ ਇੱਕ ਬਹੁਤ ਦੇਰ ਹੋਈ ਬਾਬਾ ਕਬੀਰ ਜੀ ਦਾ ਸਲੋਕ ਸਾਡੇ ਸਾਹਮਣੇ ਆਇਆ ਸੀ, ਜਦੋਂ ਬਾਬਾ ਕਬੀਰ ਜੀ ਦੀ ਬਾਣੀ ਦੀ ਲੜੀ ਚੱਲ ਰਹੀ ਸੀ, ਉਹਦੇ ਵਿੱਚ ਇੱਕ ਲਫਜ਼ ਸਨ, ਉਹਨੂੰ ਅਸੀਂ ਅੱਜ ਦੁਬਾਰਾ ਦੁਹਰਾ ਲਈਏ। ਬਾਬਾ ਕਬੀਰ ਜੀ ਨੇ ਆਖਿਆ, ਕਹਿਣ ਲੱਗੇ ਕਬੀਰ ਕਾਗਦ ਕੀ ਉਬਰੀ, ਕਹਿਣ ਲੱਗੇ
ਕੋਈ ਜ਼ਰੂਰੀ ਨਹੀਂ ਕਿ ਪੱਥਰ ਦੀਆਂ ਮਜ਼ਬੂਤ ਦੀਵਾਰਾਂ ਨਾਲ ਹੀ ਜੇਲ੍ਹ ਬਣਦੀ ਹੈ ਅਤੇ ਉਹਦੇ 'ਤੇ ਸੰਤਰੀ ਖੜ੍ਹੇ ਕੀਤੇ ਜਾਂਦੇ ਨੇ ਤਾਂ ਕਿ ਜੇਲ੍ਹ ਤੋਂ ਕੋਈ ਕੈਦੀ ਭੱਜ ਨਾ ਜਾਏ। ਬਾਬਾ ਕਬੀਰ ਕਹਿਣ ਲੱਗਾ, ਨਹੀਂ, ਮੈਂ ਉਹ ਵੀ ਦੇਖੀ ਜਿਹੜੀ ਜੇਲ੍ਹ ਕਾਗਜ਼ਾਂ ਦੀ ਬਣਦੀ ਹੈ। ਹੈਂ? ਓਬਰੀ ਕਹਿੰਦੇ ਨੇ ਜੇਲ੍ਹ ਨੂੰ। ਕਹਿਣ ਲੱਗੇ, ਪੱਥਰਾਂ ਦੀਆਂ ਦੀਵਾਰਾਂ ਦੀਆਂ, ਕੰਕਰੀਟ ਦੀਆਂ ਦੀਵਾਰਾਂ ਦੀ ਜੇਲ੍ਹ ਨਹੀਂ ਬਣਦੀ, ਕਾਗਜ਼ ਦੀ ਵੀ ਬਣ ਜਾਂਦੀ ਹੈ। ਉਹਦੇ 'ਤੇ ਮਜ਼ਬੂਤ ਦਰਵਾਜ਼ੇ ਗੇਟ ਲਾਏ ਜਾਂਦੇ ਨੇ ਤਾਂ ਕਿ ਹਰ ਕੋਈ ਉਸ ਦਰਵਾਜ਼ੇ ਨੂੰ ਖੋਲ੍ਹ ਨਾ ਸਕੇ। ਪਰ ਜਿਹੜੀ ਇਹ ਕਾਗਜ਼ ਦੀ ਜੇਲ੍ਹ ਬਣਦੀ ਹੈ ਨਾ, ਇਹਦੇ 'ਤੇ ਜਿਹੜੀ ਸਿਆਹੀ ਲੱਗਦੀ ਹੈ, ਅੱਖਰ ਇੱਕ ਇੱਕ ਅੱਖਰ ਬਣੋ, ਇੱਕ ਇੱਕ ਮਜ਼ਬੂਤ ਦਰਵਾਜ਼ਾ ਹੁੰਦਾ ਹੈ ਜਿਸ ਅੱਖਰ ਨੂੰ ਵੀ ਤੁਸੀਂ ਨਹੀਂ ਤੋੜ ਸਕਦੇ। ਬਾਬਾ ਕਬੀਰ ਜੀ ਦਾ ਖਿਆਲ ਹੈ। ਕਹਿਣ ਲੱਗੇ, ਕਬੀਰ ਕਾਗਜ਼ ਕੀ ਓਬਰੀ, ਮਸ ਕੇ ਕਰਮ ਕਪਾਟ। ਜਿਹੜੇ ਸਿਆਹੀ ਦੇ ਕਰਮ ਨੇ, ਸਿਆਹੀ ਕੀ ਕਰਦੀ? ਅੱਖਰ ਬਣਾਉਂਦੀ। ਉਹ ਕਪਾਟ ਮਾਨੋ ਦਰਵਾਜ਼ੇ ਨੇ, ਕਿਵਾੜ ਨੇ, ਉਹ ਵੀ ਸਾਡੇ ਕੋਲੋਂ ਨਹੀਂ ਖੁੱਲ੍ਹਦੇ। ਕਹਿਣ ਲੱਗੇ, ਉਹ ਕਾਗਜ਼ ਦੀ ਓਬਰੀ ਜਿਹੜੀ ਹੈ, ਉਹ ਵਿਗਾਸ, ਕੋਈ ਵੀ ਓਬਰੀ, ਕੋਈ ਵੀ ਜੇਲ੍ਹ ਹੋਵੇ, ਵਿਗਾਸ ਨਹੀਂ ਬਣ ਸਕਦੀ ਕਦੀ ਵੀ। ਮੈਂ ਆਪਣੇ ਜੀਵਨ ਦੀਆਂ ਗੱਲਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਜਾਂਦਾ। ਮੈਂ ਇੱਕ ਵਾਰੀ ਇਹ ਗੱਲ ਕਹੀ ਸੀ ਕਿ ਭਲੇ ਉਹ ਘਰ ਬਹੁਤ ਛੋਟਾ ਹੁੰਦਾ, 2-4-6 ਬੈਡਰੂਮ, ਅਤੇ ਕੋਈ ਅਮੀਰ ਆਦਮੀ ਹੋਵੇਗਾ ਜਿਹੜਾ ਆਪਣੇ ਘਰ ਅੱਗੇ ਵੱਡੇ ਘਰ ਮਹਿਲ ਨੂੰ ਬਣਾ ਕੇ ਉਹਦੇ ਅੱਗੇ ਸੰਤਰੀ ਵੀ ਖੜਾ ਕਰ ਲਵੇ, ਪਹਿਰੇਦਾਰ ਵੀ, ਇਹ ਅਮੀਰ ਦੀ ਨਿਸ਼ਾਨੀ। ਅਤੇ ਮੈਂ ਕਿਹਾ, ਜੇਲ੍ਹ ਦਾ ਘਰ ਤਾਂ ਬਹੁਤ ਵੱਡਾ ਹੁੰਦਾ, ਬਹੁਤ ਵੱਡਾ ਮਹਿਲ ਹੁੰਦਾ, ਉਹਦੇ ਅੱਗੇ ਸੰਤਰੀ ਵੀ ਖੜੇ ਹੁੰਦੇ ਨੇ ਜਿਹੜੇ ਅਮੀਰੀ ਦੀ ਨਿਸ਼ਾਨੀ ਹੈ, ਸੰਤਰੀ ਵੀ ਖੜੇ ਹੁੰਦੇ ਨੇ। ਫਿਰ ਘਰ ਦੀ ਕਲੀ ਕੂਚੀ ਕਰਾਉਣ ਦੀ, ਰਿਪੇਅਰ ਕਰਾਉਣ ਦਾ ਫਿਕਰ, ਚਿੰਤਾ ਹਮੇਸ਼ਾ ਬਣੀ ਰਹਿੰਦੀ ਹੈ ਉਹਦਾ। ਸਾਨੂੰ ਕੈਦੀ ਨੂੰ ਇਹ ਵੀ ਫਿਕਰ ਨਹੀਂ ਹੁੰਦਾ, ਘਰ ਆਪਣੀ ਰੋਟੀ ਕਮਾ ਕੇ ਖਾਣੀ ਪੈਂਦੀ ਹੈ, ਜੇਲ੍ਹ ਵਿੱਚ ਉਹ ਵੀ ਕਮਾ ਕੇ ਨਹੀਂ ਖਾਣੀ ਪੈਂਦੀ, ਬਣੀ ਬਣਾਈ ਮਿਲ ਜਾਂਦੀ। ਅਤੇ ਫਿਰ ਦੁਨੀਆਂ ਜੇਲ੍ਹ ਤੋਂ ਕਿਉਂ ਡਰਦੀ ਹੈ? ਸੰਗਤ ਜੀ ਕਹਿ ਸਕਦਾ ਕੀ ਕਾਰਨ ਹੈ? ਇਹ ਸਾਰੇ ਸੁੱਖ ਉੱਥੇ ਮਿਲਦੇ ਨੇ, ਫਿਕਰ ਕੋਈ ਨਹੀਂ, ਚਿੰਤਾ ਕੋਈ ਨਹੀਂ, ਰੋਟੀ ਕਮਾ ਕੇ ਨਹੀਂ ਖਾਣੀ, ਦਰਵਾਜ਼ੇ 'ਤੇ ਪਹਿਰੇਦਾਰ ਖਲੋਤੇ ਨੇ, ਵੱਡਾ ਮਹਿਲ ਹੈ, ਕਲੀ ਕੂਚੀ ਕਰਾਉਣੀ, ਰਿਪੇਅਰ ਕਰਾਉਣੀ ਕੋਈ ਨਹੀਂ। ਫਿਰ ਮਨੁੱਖ ਜੇਲ੍ਹ 'ਤੇ ਕਿਉਂ ਡਰਦਾ? ਉਸ ਛੋਟੇ ਜਿਹੇ 2 ਬੈਡਰੂਮ ਦੇ ਘਰ ਵਿੱਚ ਰਹਿਣਾ ਪਸੰਦ ਕਰਦਾ,
ਉੱਥੇ ਨਹੀਂ ਰਹਿਣਾ ਪਸੰਦ ਕਰ। ਅਤੇ ਮੈਂ ਅਰਜ਼ ਕੀਤੀ ਸੀ ਸਿਰਫ ਫਰਕ ਇੰਨਾ ਹੈ ਉਸ ਮਾਲ ਵਿੱਚੋਂ ਉਹ ਆਪਣੀ ਮਰਜ਼ੀ ਨਾਲ ਬਾਹਰ ਨਹੀਂ ਆ ਸਕਦਾ, ਉਹਦੀ ਮਰਜ਼ੀ ਖਤਮ ਹੋ ਗਈ। ਆ ਗੁਲਾਮੀ ਕਿਹਨੂੰ ਕਹਿੰਦੇ ਨੇ? ਜਿੱਥੇ ਆਪਣੀ ਮਰਜ਼ੀ ਖਤਮ ਹੋ ਜਾਏ। ਬੜੀ ਗੁਰਬਾਣੀ ਵਿੱਚੋਂ ਲਾਈਨਾਂ ਲੱਗ ਜਾਂਦੀਆਂ ਨੇ ਜਦੋਂ ਮੈਂ ਕਿਸੇ ਵਿਸ਼ੇ ਨੂੰ ਸ਼ੁਰੂ ਕਰਦਾ। ਕੁਝ ਦਿਨ ਹੋਏ, ਉਸ ਦਿਨ ਇੱਕ ਸ਼ਬਦ ਆਇਆ ਸੀ, ਨਾਨਕ ਸਾਵਣ ਜੇ ਵਸੇ ਪਹਿਲਾਂ ਉਹ ਮਹਾ ਸੀ ਫਿਰ ਵਿਛੋੜਾ ਸੀ। ਅਤੇ ਉਸ ਵਿਛੋੜੇ ਵਿੱਚ ਵੀ ਇੱਕ ਲਫਜ਼ ਆਏ ਸਨ, ਕਿਹਨਾਂ ਨੂੰ? ਗਾਈ ਪੁੱਤਾਂ, ਨਿਰਧਨਾ, ਪੰਥੀ, ਚਾਕਰ ਹੋਏ। ਚਾਕਰ ਕੀ ਹੈ? ਗੁਲਾਮ, ਨੌਕਰ। ਉਹਦੀ ਆਪਣੀ ਕੋਈ ਮਰਜ਼ੀ ਨਹੀਂ, ਬਾਰਿਸ਼ ਵਿੱਚ ਬਾਹਰ ਜਾਵੇ, ਬਾਹਰ ਚਿੱਕੜ ਹੈ, ਪਰ ਮਾਲਕ ਨੇ ਹੁਕਮ ਕੀਤਾ ਉਹਨੂੰ ਜਾਣਾ ਹੀ ਪੈਣਾ। ਗੁਲਾਮ ਹੈ, ਗੁਲਾਮ ਦੀ ਆਪਣੀ ਕੋਈ ਮਰਜ਼ੀ ਨਹੀਂ ਹੁੰਦੀ। ਬਸ ਜਿਹੜਾ ਜੇਲ੍ਹ ਦੇ ਮਹੱਲ ਵਿੱਚ ਬੈਠਾ ਹੈ ਨਾ, ਭਾਵੇਂ ਉਹਨੂੰ ਰੋਟੀ ਫਰੀ ਮਿਲੀ ਜਾਂਦੀ ਹੈ, ਪਰ ਉਹ ਨਹੀਂ ਰਹਿਣਾ ਚਾਹੁੰਦਾ, ਕਿਉਂਕਿ ਉੱਥੇ ਉਹਦੀ ਮਰਜ਼ੀ ਸੋਚ ਖਤਮ ਹੋ ਗਈ ਹੈ। ਉਹ ਗੁਲਾਮ ਹੈ। ਉਹਦੇ ਸੌਣ ਦਾ ਟਾਈਮ, ਉਹਦੇ ਬੈਠਣ ਦਾ ਟਾਈਮ, ਉਹਦੇ ਖਾਣ ਦਾ ਟਾਈਮ, ਉਹਦੇ ਮਿਲਣ ਦਾ ਟਾਈਮ, ਕਿਸੇ ਨੂੰ ਮਿਲਣਾ ਹੋਵੇ, ਹਰ ਟਾਈਮ ਕਿਸੇ ਹੋਰ ਦੇ ਵੱਸ ਵਿੱਚ ਹੈ, ਉਹਦੇ ਆਪਣੇ ਵੱਸ ਵਿੱਚ ਨਹੀਂ। ਅਤੇ ਬਾਬਾ ਕਬੀਰ ਜੀ ਦਾ ਇਹ ਲਫ਼ਜ਼ ਮੈਨੂੰ ਸਾਕਾਰ ਦਿਸਿਆ ਕਿ ਕਾਗਜ਼ ਵੀ ਉਭਰੀ ਹੈ, ਇੱਕ ਧਰਮ ਹੈ ਜਿਹਨੂੰ ਕਾਗਜ਼ ਦੀ ਉਭਰੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਹੈ। ਮੁਸਲਮਾਨ ਨੇ ਉਹਦਾ ਉਸ ਕਾਗਜ਼ ਦੀ ਉਭਰੀ ਦਾ ਨਾਮ ਰੱਖਿਆ ਸ਼ਰ੍ਹਾ, ਸ਼ਰ੍ਹਾ ਦੀ ਕਿਤਾਬ ਕਾਗਜ਼ ਦੀ ਲਿਖੀ ਗਈ, ਜੋ ਗੱਲ ਸ਼ਰ੍ਹਾ ਵਿੱਚ ਲਿਖੀ ਹੋਈ ਹੈ ਉਹ ਤੂੰ ਤੋੜ ਨਹੀਂ ਸਕਦਾ। ਕਹਿੰਦੀ ਹੈ ਤੂੰ ਬਾਹਰ ਨਹੀਂ ਨਿਕਲ ਸਕਦਾ, ਇੱਕ ਅੱਖਰ ਨਹੀਂ ਬਦਲ ਸਕਦਾ, ਉਹ ਕਾਗਜ਼ ਦੀ ਉਭਰੀ ਹੈ, ਸ਼ਰ੍ਹਾ ਦੀ ਕਿਤਾਬ ਹੈ। ਅਤੇ ਬ੍ਰਾਹਮਣ ਨੇ, ਹਿੰਦੂ ਨੇ ਇੱਕ ਸ਼ਰ੍ਹਾ ਦੀ ਉਭਰੀ ਜਿਹਨੂੰ ਆਖਿਆ ਮਨੂ ਸਿਮਰਤੀ। ਗੁਰੂ ਨੇ ਬੜਾ ਸਪਸ਼ਟ ਭੇਤ ਖੋਲਿਆ, ਗੱਲ ਸਿਰਫ ਇਹ ਵੀ ਗੁਰੂ ਭੇਤ ਖੋਲ ਰਿਹਾ। ਗੁਰੂ ਕਹਿੰਦਾ ਹੈ ਵੇਦ ਕੀ ਪੁੱਤਰੀ ਸਿਮਰਤ ਭਾਈ, ਸੰਕਲ ਜੇਵਰੀ ਲੈ ਕੇ ਹੈ ਆਈ, ਬੜੇ ਵੱਡੇ ਵੱਡੇ ਸੰਗਲ ਤੇ ਰੱਸੀਆਂ ਲੈ ਕੇ ਆਈ ਹੈ ਤੈਨੂੰ ਬੰਨਣ ਲਈ, ਕਿਉਂਕਿ ਤੈਨੂੰ ਉਹਨੇ ਗੁਲਾਮ ਕਰਨਾ ਹੈ, ਨਾਮ ਧਰਮ ਦਾ ਹੈ। ਲਓ ਧਰਮ ਕੀ ਹੋ ਗਿਆ, ਕਿਸ ਲਈ ਵਿਕਾਸ ਨਾ ਰਿਹਾ? ਜੇ ਜੇਲ੍ਹ ਵਿਕਾਸ ਹੈ ਤਾਂ ਧਰਮ ਵੀ ਵਿਕਾਸ ਹੈ। ਲਓ ਗੱਲ ਭਾਵੇਂ ਕੌੜੀ ਲੱਗੇ, ਮੈਂ ਗੁਰਬਾਣੀ ਦੇ ਰਾਹੀਂ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ, ਇਸ ਲਈ ਡਰਾ ਗੱਲ ਨਹੀਂ। ਜੇ ਜੇਲ੍ਹ ਵਿਕਾਸ ਨਹੀਂ, ਕੋਈ ਖੁਸ਼ੀ ਖੁਸ਼ੀ ਜੇਲ੍ਹ 'ਚ ਜਾਣਾ ਚਾਹੁੰਦਾ ਹੈ,
ਰਹਿਣਾ ਚਾਹੁੰਦਾ ਤਾਂ ਫਿਰ ਧਰਮ ਵੀ ਉਹਨੂੰ ਪਤਾ ਹੋਵੇ ਬਿਲਕੁਲ ਜੇਲ੍ਹ ਵਾਂਗੂ ਬਣ ਗਿਆ। ਇੱਕ ਨੇ ਬਣਾ ਦਿੱਤਾ ਸ਼ਰ੍ਹਾਂ ਦੇ ਕਾਗਜ਼ ਦੀ ਓਬਰੀ ਵਿੱਚ, ਇੱਕ ਨੇ ਬਣਾ ਦਿੱਤਾ ਜਿਹੜੇ ਬੜੇ ਵੱਡੇ ਵੱਡੇ ਸੰਗਲ ਅਤੇ ਰੱਸੇ ਹੱਥ ਕੜੀਆਂ ਬੇੜੀਆਂ ਲੈ ਕੇ ਆਈਏ। ਪਰ ਗੁਰੂ ਕੈਸਾ ਰਹਿਮਤ ਕਰਨ ਵਾਲਾ ਕਹਿੰਦਾ ਕਾਟੀ ਬੇੜੀ ਪੱਗੋਂ ਤੇ, ਜਿਹੜੀਆਂ ਪੈਰਾਂ ਵਿੱਚ ਬੇੜੀਆਂ ਪਾ ਦਿੱਤੀਆਂ ਨੇ ਨਾ ਧਰਮ ਦੇ ਨਾਮ ਥੱਲੇ, ਮੈਂ ਉਹ ਕੱਟਣ ਆਇਆ, ਪੇਤ ਜੋ ਕੋਲ ਹੈ। ਗੁਰੂ ਆਖ ਰਿਹਾ ਕਾਟੀ ਬੇੜੀ ਪੱਗੋਂ ਤੇ, ਉਹਨੇ ਪੈਰਾਂ ਵਿੱਚੋਂ ਬੇੜੀਆਂ ਕੱਟ ਦਿੱਤੀਆਂ। ਗੁਰਕੀਨੀ ਬੰਦ ਖਲਾਸ, ਉਹਨੇ ਬੰਧਨ ਤੋੜ ਦਿੱਤਾ। ਹੈ ਕਿੱਡੀ ਅਜੀਬ ਗੱਲ ਹੈ, ਉਹ ਬੰਧਨ ਤਾਂ ਅਸੀਂ ਵੀ ਪਾਈ ਬੈਠੇ ਹਾਂ। ਚਲੋ ਆਉਣ ਵਾਲਾ ਸਮਾਂ ਆਪਾਂ ਬੜੀ ਚੰਗੀ ਤਰ੍ਹਾਂ ਵਿੱਚ ਇਸ ਵਿਸ਼ੇ ਨੂੰ ਅੱਗੇ ਲੈ ਕੇ ਜਾਣਾ ਹੈ। ਗੁਰੂ ਕਹਿੰਦੇ ਨੇ ਵੇਦ ਕੀ ਪੁੱਤਰੀ ਸਿਮਰਤ ਭਾਈ, ਸੰਕਲ ਜਬਰੀ ਲੈ ਹੈ ਆਈ, ਆਪਣ ਨਗਰ ਆਪ ਹੀ ਬੰਧਿਆ। ਆਪਣੀ ਕੌਮ ਆਪਣੀ ਉਮਤ ਉਸੇ ਨੂੰ ਉਹਨੇ ਆਪਣੀ ਜੇਲ੍ਹ ਵਿੱਚ ਪਾ ਦਿੱਤਾ। ਹੁਣ ਜਿਹਨੂੰ ਭੇਤ ਸੀ ਉਹਨੇ ਬੜੀ ਖੂਬਸੂਰਤ ਇੱਕ ਗੱਲ ਕਹੀ, ਉੱਥੇ ਇੱਕ ਲਫ਼ਜ਼ ਨੇ ਗੁਰਬਾਣੀ ਤੋਂ ਹੈਰਾਨ ਹੁੰਦਾ, ਬੜਾ ਸੋਹਣਾ ਮੇਲ ਹੁੰਦਾ। ਗੁਰੂ ਕਹਿੰਦੇ ਨੇ ਪੰਡਿਤ ਮੁੱਲਾ ਜੋ ਲਿਖ ਦਿਆ, ਉਹ ਤਾਂ ਉਭਰੀ ਹੈ, ਮੈਂ ਜੇਲ੍ਹ 'ਚ ਜਾਣਾ ਨਹੀਂ ਚਾਹੁੰਦਾ। ਜੇ ਧਰਮ ਜੇਲ੍ਹ ਬਣ ਜਾਏ, ਜੇ ਧਰਮ ਸਿਰਫ ਪਾਬੰਦੀਆਂ ਬਣ ਜਾਣ, ਮੈਂ ਸਾਡੀ ਬੀਤੀਆਂ ਵੀ ਮੈਂ ਤੁਹਾਡੇ ਨਾਲ ਸਾਂਝੀਆਂ ਇਸ ਵਿਸ਼ੇ 'ਤੇ ਕਰਨਾ ਚਾਹੁੰਦਾ। ਅਗਲੀ ਵਾਰ ਸਹੀ ਜੇ ਧਰਮ ਜੇਲ੍ਹ ਬਣ ਜਾਏ, ਜੇ ਧਰਮ ਓਬਰੀ ਬਣ ਜਾਏ ਤਾਂ ਉੱਥੇ ਵਿਕਾਸ ਨਹੀਂ ਰਹੇਗਾ। ਧਰਮ ਤਾਂ ਸੀ ਵਿਕਾਸ, ਤੇ ਗੁਰੂ ਨੂੰ ਮੈਂ ਇਸ ਲਈ ਨਮਸਕਾਰ ਕਰਨਾ ਉਹ ਮੇਰੇ ਬੰਧਨ ਤੋੜਦਾ ਹੈ। ਆਟੀ ਬੇੜੀ ਪੱਗੋਂ ਤੇ ਗੁਰਕੀਨੀ ਬੰਦ ਖਲਾਸ, ਉਹ ਬੰਧਨ ਜਿਹੜਾ ਧਰਮ ਨਾਮ ਥੱਲੇ ਵੀ ਪਾਇਆ ਜਾਏ, ਜਿਹਨੂੰ ਧਰਮ ਧਰਮ ਵਿੱਚ ਵੀ ਵਿਕਾਸ ਨਾ ਰਹੇ, ਔਰ ਹੋ ਗਿਆ ਹੈ ਅੱਜ। ਸੋ ਫਿਰ ਮੈਂ ਤੁਹਾਡੇ ਸਾਹਮਣੇ ਆਉਣ ਵਾਲੇ ਸਮੇਂ ਵਿੱਚ ਬਕਾਇਦਾ ਇਸ ਗੱਲ ਦੀਆਂ, ਇਹ ਨਹੀਂ ਕਿ ਐਗਜ਼ਾਮਪਲ ਜ਼ਬਾਨੀ ਕਹਾਂਗਾ, ਪਰੂਫ ਰੱਖਾਂਗਾ। ਅੱਜ ਧਰਮ ਸੱਚਮੁੱਚ ਹੀ ਇੱਕ ਜੇਲ੍ਹ ਬਣ ਗਿਆ ਧਰਮ ਨਾਮ ਥੱਲੇ। ਕਦੀ ਬ੍ਰਾਹਮਣ ਨੇ ਪੈਦਾ ਕੀਤਾ ਸੀ? ਮੈਂ ਪੁੱਛਦਾ, ਜਿੱਥੇ ਚਿਖਾ ਤੇ ਬੱਚੀ ਨੂੰ ਔਰਤ ਨੂੰ ਮਜਬੂਰ ਕਰਕੇ ਬਿਠਾ ਦਿੱਤਾ ਜਾਏ, ਤੈਨੂੰ ਨਾਲ ਜਲਣਾ ਹੀ ਪਵੇਗਾ, ਇਸ ਤੋਂ ਵੱਡਾ ਹੋਰ ਬੰਧਨ ਕੀ ਹੋ ਸਕਦਾ? ਸਤੀ ਪ੍ਰਥਾ ਕਿੱਥੋਂ ਨਿਕਲੀ?
ਧਰਮਨਾਮ ਵਿੱਚੋਂ ਧਰਮਨਾਮ ਵਿੱਚੋਂ ਸਤਾ ਪ੍ਰਥ ਸਤੀ ਪ੍ਰਥਾ ਨਿਕਲੀ ਅਤੇ ਗੁਰੂ ਨੇ ਹਾਲਾਂਕਿ ਆਪਣੀ ਰਸਮ ਕਿਉਂਕਿ ਬੰਧਨ ਤੋੜਨੇ ਨੇ ਨਾ ਮੁਕਾਬਲੇ ਦੇ ਨਾਲ ਨਾਲ ਗੁਰੂ ਦੀ ਬਾਣੀ ਦੀ ਐਗਜ਼ਾਮਪਲ ਇਸ ਲਈ ਦੇ ਰਿਹਾ ਗੁਰੂ ਆਖ ਰਿਹਾ ਸਤੀਆਂ ਇਹ ਨਾ ਆਖੀਏ ਮੜਿਆਂ ਲੱਗ ਜਲਾਣ ਜਿਹੜੀਆਂ ਲੱਕੜਾਂ ਦੀ ਅੱਗ ਦੇ 'ਤੇ ਬੈਠ ਕੇ ਸੜ ਜਾਣ ਜਿਉਂਦੀਆਂ ਸੜ ਜਾਣ ਉਹਨਾਂ ਨੂੰ ਸਤੀ ਨਾ ਆਖਿਓ ਗੁਰੂ ਬੰਧਨ ਤੋੜ ਲਿਆ ਪਰ ਇੱਕ ਖਿਆਲ ਕਰਿਓ ਜਿਹਨੇ ਇਹ ਬੰਧਨ ਪਾਇਆ ਉਹਨੇ ਤਾਂ ਧਰਮ ਦੇ ਨਾਮ ਥੱਲੇ ਹੀ ਪਾਇਆ ਨਾ ਗੁਰੂ ਨੇ ਐਵੇਂ ਨਹੀਂ ਆਖਿਆ ਮੈਂ ਇਸ ਕਾਗਜ਼ ਦੀ ਉਬਰੀ ਭਾਵੇਂ ਸ਼ਰ੍ਹਾਂ ਦੇ ਨਾਮ ਥੱਲੇ ਅਤੇ ਭਾਵੇਂ ਸਿਮਰਤੀਆਂ ਦੇ ਨਾਮ ਥੱਲੇ ਪਾਈਏ ਮੈਂ ਇਸ ਕਾਗਜ਼ ਦੀ ਉਬਰੀ ਤੋਂ ਬਾਹਰ ਨਿਕਲਣਾ ਚਾਹੁੰਦਾ ਵਿਸ਼ਵਾਸ ਕਰਿਓ ਤੁਹਾਡੇ ਨਾਲ ਕੁਝ ਸਾਂਝਾ ਕਰਾਂਗਾ ਇਹਨਾਂ ਦੋ ਵੀਕਾਂ 'ਚ ਕਿ ਸਾਨੂੰ ਪਤਾ ਲੱਗੇ ਅਸੀਂ ਕਿਸ ਤਰ੍ਹਾਂ ਦਾ ਜੀਵਨ ਜੀਓ ਸਾਡਾ ਜੀਵਨ ਬੜਾ ਵਿਕਾਸ ਵਾਲਾ ਹੈ ਜੇ ਸਤਿਗੁਰੂ ਦੀ ਆਖੇ ਲੱਗ ਜਾਈਏ ਗੁਰੂ ਸਾਨੂੰ ਵਿਕਾਸ ਦੇਣਾ ਚਾਹੁੰਦਾ ਉਹ ਕਹਿੰਦਾ ਧਰਮ ਦੇ ਨਾਮ ਥੱਲੇ ਵੀ ਤੇਰਾ ਵਿਕਾਸ ਕੋਈ ਨਹੀਂ ਰਿਹਾ ਧਰਮ ਦੇ ਨਾਮ ਥੱਲੇ ਔਰਤਾਂ ਚਿਖਾ 'ਤੇ ਚੜ੍ਹਾਈਆਂ ਜਾ ਰਹੀਆਂ ਨੇ ਜਿਉਂਦੀਆਂ ਜਲਾਈਆਂ ਜਾ ਰਹੀਆਂ ਨੇ ਨਾਮ ਧਰਮ ਹੈ ਅਤੇ ਗੁਰੂ ਆਵਾਜ਼ਾਂ ਦਿੰਦਾ ਅਤੇ ਕਹਿੰਦੇ ਪੰਡਿਤ ਮੁੱਲਾਂ ਜੋ ਲਿਖਦੀ ਆ ਛਾੜ ਚਲੇ ਹਮ ਕਛੂ ਨਾ ਲਈਆ ਮੈਂ ਉਸ ਧਰਮ ਨੂੰ ਨਹੀਂ ਮੰਨਦਾ ਅੱਜ ਵੀ ਹੈ ਜਿਹੜੇ ਧਰਮ ਨਾਮ ਥੱਲੇ ਆਪਣੇ ਆਪ ਨੂੰ ਗੁਲਾਮ ਕੀਤੀ ਬੈਠੇ ਨੇ ਉਹ ਅੱਜ ਵੀ ਮਿਲੇ ਮੌਜੂਦ ਨੇ ਜਿਹੜੇ ਜਦੋਂ ਉਹ ਇਸ ਗੁਲਾਮੀ ਤੋਂ ਬਾਹਰ ਨਿਕਲਦੇ ਨੇ ਉਹਨਾਂ ਨੂੰ ਆਖਿਆ ਜਾਂਦਾ ਇਹ ਧਰਮ ਹੀ ਨਹੀਂ ਰਿਹਾ ਇਹਨੂੰ ਛੇਕ ਦਿਓ ਉਹ ਸਾਡੇ ਸਾਹਮਣੇ ਹਿਸਟਰੀ ਹੈ ਸਾਡੇ ਸਾਹਮਣੇ ਜੀਵਨ ਦੀਆਂ ਪ੍ਰਥਾ ਨੇ ਵਿਸ਼ਵਾਸ ਕਰਿਓ ਸਤਿਗੁਰੂ ਨੇ ਬਾਣੀ ਵਿੱਚ ਆਖਿਆ ਕਹਿਣ ਲੱਗੇ ਕਿ ਭਰਮ ਪਾ ਦਿੱਤਾ ਗਿਆ ਕਿ ਮੁਕਤੀ ਮਰਨ ਤੋਂ ਬਾਅਦ ਮਿਲਦੀ ਹੈ ਅਤੇ ਮੌਤ ਦਾ ਦੇਵਤਾ ਹੈ ਸ਼ਿਵ ਜੀ ਮੌਤ ਉਹਦੇ ਹੱਥ ਵਿੱਚ ਕਹਿ ਦਿੱਤਾ ਅਤੇ ਮਰਨ ਤੋਂ ਬਾਅਦ ਮੁਕਤੀ ਮਿਲਦੀ ਹੈ ਜਿਉਂਦਿਆਂ ਅਸੀਂ ਵੀ ਉਹ ਗੱਲਾਂ ਸਾਰੀਆਂ ਅਪਣਾਈਆਂ ਹੋਈਆਂ ਨੇ ਮੈਂ ਕੋਈ ਜੇ ਗੁਰਬਾਣੀ ਲਿਹਾਜ਼ ਨਹੀਂ ਕਰਦੀ ਤਾਂ ਗੁਰਬਾਣੀ ਨੂੰ ਮੰਨਣ ਵਾਲਾ ਵੀ ਲਿਹਾਜ਼ ਨਹੀਂ ਕਰਦਾ ਸਾਰੀ ਗੱਲ ਸਪਸ਼ਟ ਕਰਨਾ ਚਾਹੁੰਦਾ ਆਵਾਜ਼ ਭਲਿਆ ਮੁਕਤੀ ਮੂਹੇ ਹੋਏ ਜੋ ਮੁਕਤ ਦਿਓਗੇ ਮੁਕਤ ਨਾ ਜਾਣੇ ਕੋਇਲਾ ਕੌਣ ਜਾਣਦਾ ਮੈਂ ਮੁਕਤ ਹੋ ਗਿਆ ਐਵੇਂ ਵਿਸ਼ਵਾਸ ਇੱਕ ਦੂਜੇ ਦੇ ਵੇਖੋ ਵਖੀ ਸੁਣੀ ਸੁਣਾਈ ਧਰਮ ਦੀ ਵਿਸ਼ਵਾਸ ਕਰੀ ਜਾਈਏ ਬਹੁਤਾ ਜਿਹੜਾ ਵਿਸ਼ਵਾਸ ਹੈ ਨਾ ਉਹ ਸੁਣਿਆ ਸੁਣਾਇਆ ਹੈ ਸਮਝਿਆ ਨਹੀਂ ਸਮਝਣਾ ਸੀ ਭੇਤ ਲੈਣਾ ਸੀ ਗੁਰੂ ਕੋਲੋਂ ਗੁਰੂ ਨੇ ਆਖਿਆ ਪਾਠ ਪੜਿਓ ਅਰਵੇਦ ਵਿਚਾਰਿਓ ਨਿਵਲ ਬਿਹੰਗਮ ਸਾਧੇ ਪੰਚ ਜਾਣ ਸੰਗ ਨਾ ਛੁੱਟ ਦਿਓ ਹੈ
ਕਿਆ ਮੂਨ ਭਇਓ ਕਰ ਪਾਤੀ ਰਹੋ ਨਗਨ ਫਿਰਿਓ ਬਣ ਮਾਈ ਤੜ ਤੀਰਥ ਸਭ ਧਰਮੀ ਧਰਤੀ ਭਰਮਿਓ ਦੁਬਦਾ ਦੁਬਦਾ ਛੁੱਟ ਕੇ ਨਾਈ। ਦੇਖਿਓ ਪੇਤ ਲਿਓ ਅਗਲੇ ਪਾਸੇ ਇੱਕ ਲਫ਼ਜ਼ ਬੜੇ ਖਤਰਨਾਕ ਜਿਹੜੇ ਸਾਡੇ ਵਿੱਚ ਧਰਮ ਨਾਮ ਵਿੱਚ ਪਾਤੇ ਉਹ ਸੀ ਮਨ ਕਾਮਨਾ ਤੀਰਥ ਜਾਏ ਵਸਿਓ। ਤੇ ਉਹ ਮਨ ਕਾਮਨਾ ਕੀ ਸੀ? ਕਿਉਂਕਿ ਮੈਨੂੰ ਧਰਮ ਦੇ ਨਾਮ ਥੱਲੇ ਇੱਕ ਓਬਰੀ ਵਿੱਚ ਇੱਕ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ। ਉਹ ਇਹ ਕਿ ਮੌਤ ਤੋਂ ਬਾਅਦ ਤੈਨੂੰ ਮੁਕਤੀ ਮਿਲਣੀ ਹੈ ਅਤੇ ਮੌਤ ਦਾ ਦੇਵਤਾ ਹੈ ਸ਼ਿਵਜੀ, ਅਤੇ ਜੇ ਤੂੰ ਛੇਤੀ ਮੁਕਤ ਲੈਣਾ ਚਾਹੁੰਦਾ ਤਾਂ ਆਹ ਸ਼ਿਵ ਨਾਮ ਦਾ ਆਰਾ ਹੈ, ਇਹਦੇ ਨਾਲ ਆਪਣਾ ਸਿਰ ਵਢਾ ਦੇ, ਚਿਰਾ ਦੇ, ਜਿਹਨੂੰ ਕਰਵਤ ਆਖਦੇ ਨੇ। ਇਹ ਵੀ ਬ੍ਰਾਹਮਣ ਦਾ ਇੱਕ ਨਿਯਮ ਸੀ, ਤੀਰਥਾਂ 'ਤੇ ਜਾ ਕੇ ਕਰਵਤ ਕਰਾਉਣੀ। ਕਈ ਲੋਕ ਇੱਥੋਂ ਤੱਕ ਕੈਦੀ ਸਨ ਧਰਮ ਦੇ ਨਾਮ ਥੱਲੇ ਕਿ ਉੱਥੇ ਜਾ ਕੇ ਆਪਣਾ ਸਿਰ ਆਰੇ ਅੱਗੇ ਰੱਖ ਦਿੰਦੇ ਸਨ। ਉੱਥੇ ਆਰਿਆ ਨਾਲ ਸਿਰ ਚੀਰਿਆ ਜਾਂਦਾ ਸੀ ਅਤੇ ਆਖਿਆ ਜਾਂਦਾ ਸੀ ਇਹ ਹੁਣ ਮੁਕਤ ਹੋ ਗਿਆ, ਹੁਣ ਕੀ ਆਖੋਗੇ ਧਰਮ ਹੈ, ਪਰ ਧਰਮ ਦੇ ਨਾਮ ਥੱਲੇ ਹੋ ਰਿਹਾ ਸੀ। ਕੀ ਆਖੋਗੇ ਵਿਕਾਸ ਹੈ, ਪਰ ਵਿਕਾਸ ਦੇ ਨਾਮ ਥੱਲੇ ਹੋ ਰਿਹਾ ਸੀ। ਤੇ ਫਿਰ ਪਾਪ ਚ ਕਰਨ ਵਾਲਾ ਜਿਹੜਾ ਉਹ ਕਿਉਂ ਡਰੇਗਾ? ਧਰਮ ਕਰਨ ਵਾਲੇ ਨੂੰ ਡਰਨਾ ਚਾਹੀਦਾ, ਇਹ ਸਜਾਵਾਂ ਤਾਂ ਧਰਮ ਕਰਨ ਵਾਲੇ ਨੂੰ ਮਿਲ ਰਹੀ ਹੈ, ਧਰਮ ਤੋਂ ਡਰਨਾ ਚਾਹੀਦਾ, ਪਾਪ ਤੋਂ ਕਿਉਂ ਕੋਈ ਡਰੇਗਾ? ਉਹ ਭਲਿਓ ਧਰਮ ਨੂੰ ਸਮਝਣਾ ਹੈ ਤੇ ਸਮਝਣਾ ਭੇਤ ਲੈਣਾ ਗੁਰੂ ਕੋਲੋਂ। ਜਿਸ ਦਿਨ ਅਸੀਂ ਗੁਰੂ ਦੇ ਕੋਲੋਂ ਭੇਤ ਲੈ ਕੇ ਆਪਣੇ ਜੀਵਨ ਦੇ ਫੈਸਲੇ ਕਰਾਂਗੇ, ਸਾਡੇ ਕੋਲ ਵਿਕਾਸ ਹੀ ਵਿਕਾਸ ਹੈ। ਗੁਰੂ ਨੇ ਕੋਈ ਐਸੀਆਂ ਪਾਬੰਦੀਆਂ ਨਹੀਂ ਦਿੱਤੀਆਂ ਜਿਹੜੀਆਂ ਅੱਜ ਵੀ ਸਾਡੇ ਵਿੱਚ ਵੀ ਆ ਗਈਆਂ ਨੇ, ਜਿਹੜੀਆਂ ਧਰਮ ਦੇ ਨਾਮ ਥੱਲੇ ਆ ਗਈਆਂ ਨੇ। ਗੁਰੂ ਨੇ ਬਾਣੀ ਵਿੱਚ ਆਖਿਆ ਮਨ ਕਾਮਨਾ ਤੀਰਥ ਜਾਏ ਵਸਿਓ। ਕਈਆਂ ਨੇ ਆਪਣੀ ਰਿਹਾਇਸ਼ ਹੀ ਤੀਰਥ 'ਤੇ ਕਰ ਲਈ, ਉਹ ਇਹ ਕਿ ਤੀਰਥ 'ਤੇ ਮੇਰੀ ਦੇਹ ਛੁੱਟੇ, ਮੈਂ ਮਰਾਂ ਤੀਰਥ 'ਤੇ ਅਤੇ ਮੁਕਤ ਹੋ ਜਾਵਾਂਗਾ। ਮਨ ਕਾਮਨਾ ਤੀਰਥ ਦੇ ਛੁੱਟੇ, ਆਹ ਹੁਣੇ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕੀਤਾ ਹੈ, ਮਨ ਕਾਮਨਾ ਤੀਰਥ ਦੇ ਛੁੱਟੇ। ਅਖੇ ਮਨ ਦੀ ਕਾਮਨਾ ਬਣ ਗਈ ਸੁਣ ਸੁਣ ਕੇ। ਕੀ ਸੁਣ ਸੁਣ ਕੇ? ਵੀ ਜੇ ਤੀਰਥ 'ਤੇ ਤੇਰੀ ਦੇਹ ਛੁੱਟ ਜਾਏ ਭਾਵ ਤੂੰ ਮਰ ਜਾਏ ਤੇ ਤੂੰ ਜ਼ਰੂਰ ਮੁਕਤ ਹੋ ਜਾਏਗਾ। ਮਨ ਕਾਮਨਾ ਤੀਰਥ ਦੇ ਛੁੱਟੇ, ਹੁਣ ਪਤਾ ਹੀ ਨਹੀਂ ਸੀ ਮਰਨਾ ਕਦੋਂ ਹੈ, ਇਸ ਲਈ ਕਈਆਂ ਨੇ ਉਹ ਆਪਣੀ ਰਿਹਾਇਸ਼ ਹੀ ਤੀਰਥ 'ਤੇ ਕਰ ਲਈ, ਤੇ ਚਲੋ ਜਦੋਂ ਮਰਾਂਗੇ ਉਦੋਂ ਹੀ ਸਹੀ। ਸਤਿਗੁਰ ਨੇ ਬਾਣੀ ਵਿੱਚ ਆਖਿਆ ਮਨ ਕਾਮਨਾ ਤੀਰਥ ਜਾ ਵਸਿਓ।
ਸਿਰ ਕਰਵਤ ਧਰਾ ਹੈ, ਜੇ ਹੋਰ ਛੇਤੀ ਮੁਕਤੀ ਲੈਣੀ ਹੈ ਤਾਂ ਕਰਵਤ ਦਾ ਉੱਥੇ ਆ ਰਿਹਾ ਨਾਲ ਤੀਰੀਆ, ਸ਼ਿਵ ਦਾ ਆ ਰਿਹਾ ਵੀ ਹੈ ਉਹਦੇ ਨਾਲ ਚੀਰੇ ਜਾਏਗਾ। ਇਹ ਸਭ ਕੁਛ ਧਰਨਾ ਥੱਲੇ ਹੋ ਰਿਹਾ, ਤੀਰਥ ਜਾਏ ਬਸੋ ਸਿਰ ਕਰਵਤ ਧਰਾ ਹੈ। ਅਤੇ ਗੁਰੂ ਨੇ ਭੇਜ ਦਿੱਤਾ, ਮਨ ਕੀ ਮੈਲ ਨਾ ਉਤਰੇ ਬਿਧ ਜੇ ਲਖ ਯਤਨ ਕਰਾਏ। ਭੇਤ ਨੇ ਗੁਰੂ ਕੋਲੋਂ ਲੈਣੇ। ਆ ਹੁਣੇ ਸ਼ਬਦ ਪੜ੍ਹਿਆ ਜਾ ਰਿਹਾ ਸੀ, ਵੀਰ ਪੜ੍ਹ ਰਿਹਾ ਸੀ, ਸਤਿਗੁਰ ਸਿੱਖੀ ਕਰੇ ਪ੍ਰਤਪਾਲ, ਸੇਵਕ ਤੋਂ ਗੁਰ ਸਦਾ ਦਿਆਲ, ਸਿੱਖੀ ਗੁਰੂ ਦੁਰਮਤ ਮਾ ਲਹਿਰਾਏ, ਗੁਰਬਚਨੀ ਹਰ ਨਾਮ ਉਚਾਰੇ। ਅੱਗੇ ਕੀ ਸੀ? ਸਤਿਗੁਰ ਸਿੱਖ ਕੇ ਬੰਧਨ ਕੱਟੇ, ਉਹਨੂੰ ਜੇਲ੍ਹ ਵਿੱਚੋਂ ਕੱਢਣਾ ਚਾਹੁੰਦਾ, ਉਹ ਬੰਧਨ ਪਾ ਰਹੇ ਨੇ, ਗੁਰੂ ਬੰਧਨ ਤੋੜ ਰਿਹਾ। ਸਤਿਗੁਰ ਬੰਧਨ ਤੋੜ ਨਿਰਾਰੇ, ਬਹੁੜ ਨਾ ਗਰਮ ਮਜ਼ਾਰੀ ਜੀਓ। ਨਾਨਕ ਗਿਆਨ ਰਤਨ ਪ੍ਰਗਸਿਆ, ਗੁਰੂ ਗਿਆਨ ਦੇ ਰਹੇ। ਧਰਮ ਕੀ ਹੈ ਭਲਿਆ? ਧਰਮ ਦੇ ਨਾਮ ਥੱਲੇ ਜੇਲ੍ਹ ਵਿੱਚ ਬੰਦ ਨਾ ਹੋ ਜਾ, ਧਰਮ ਦੇ ਨਾਮ ਥੱਲੇ ਇੱਕ ਸਜ਼ਾ ਯਾਫਤਾ ਗੁਨਾਹਗਾਰ ਵਾਂਗੂ ਆਪਣਾ ਜੀਵਨ ਨਾ ਬਿਤਾਰਾ। ਇੰਨੀਆਂ ਪਾਬੰਦੀਆਂ ਅਤੇ ਇੰਨੇ ਹੁਕਮ ਤੇਰੇ ਸਾਹਮਣੇ ਆ ਜਾਣ ਕਿ ਤੈਨੂੰ ਉਸ ਹੁਕਮ ਮੰਨਣ ਲਈ ਮਜਬੂਰ ਕੀਤਾ ਜਾਏ। ਅਤੇ ਗੁਰੂ ਨੇ ਇਹੋ ਗੱਲ ਬਾਣੀ ਵਿੱਚ ਸਮਝਾਈ, ਕਹਿਣ ਲੱਗੇ ਭੇਤ ਇਹ ਹੈ, ਧਰਮ ਤੋਂ ਨਹੀਂ ਡਰੀਦਾ। ਜਿਹੜਾ ਧਰਮ ਵਿੱਚ ਆ ਕੇ ਡਰ ਪੈਦਾ ਕਰਦਾ ਹੈ ਨਾ, ਕਹਿੰਦਾ ਆਹ ਕੰਮ ਕਰ ਨਹੀਂ ਤਾਂ ਧਰਮੀ ਨਹੀਂ ਰਹੇਗਾ, ਉਹਨੂੰ ਛੱਡ ਦੇ। ਅਤੇ ਵਿਸ਼ਵਾਸ ਕਰ, ਭੇਤ ਦੀ ਗੱਲ ਇਹ ਹੈ, ਡਰੀਦਾ ਕੇਵਲ ਪਾਪ ਤੋਂ, ਧਰਮ ਤੋਂ ਨਹੀਂ ਡਰੀਦਾ। ਅਤੇ ਗੁਰੂ ਕਹਿੰਦੇ ਨੇ ਸੋ ਡਰੇ, ਸੋ ਡਰੇ ਜੋ ਪਾਪ ਕਮਾਉਂਦਾ, ਸੋ ਡਰੇ, ਸੋ ਡਰੇ ਜੋ ਪਾਪ ਕਮਾਉਂਦਾ। ਧਰਮ ਵਿੱਚ ਤਾਂ ਖੁਸ਼ੀਆਂ ਨੇ, ਖੇੜੇ ਨੇ, ਡਰ ਕੋਈ ਨਹੀਂ, ਚਿੰਤਾ ਕੋਈ ਨਹੀਂ, ਬੰਧਨ ਕੋਈ ਨਹੀਂ, ਕਿਉਂਕਿ ਧਰਮ ਜੇਲ ਨਹੀਂ। ਧਰਮੀ ਵਿਗਸੇ ਸੋ ਡਰੇ ਜੋ ਪਾਪ ਕਮਾਉਂਦਾ, ਸੋ ਡਰੇ ਜੋ ਪਾਪ ਕਮਾਉਂਦਾ। ਧਰਮੀ ਵਿਗਸੇ ਧਰਮੀ ਵਿਗਸੇ
ਸੱਚਾ ਆਪ, ਕਿਉਂਕਿ ਧਰਮ ਦਾ ਮਾਲਕ ਤੇ ਤੂੰ ਹੈ, ਤੂੰ ਸੱਚਾ ਹੈ, ਤੇਰਾ ਨਿਉ ਵੀ ਸੱਚਾ ਹੈ, ਤੇ ਜਿਹੜਾ ਜੇ ਤੇਰਾ ਨਿਉ ਸੱਚਾ ਹੈ ਤੇ ਮੈਨੂੰ ਕੀ ਡਰ ਹੈ, ਤੂੰ ਸੱਚਾ ਆਪ ਨਿਉ ਸੱਚ ਤਾਂ ਡਰੀਏ ਧਰਮ ਨੂੰ ਸਮਝਣਾ ਤੇ ਧਰਮ ਦਾ ਭੇਤ ਗੁਰੂ ਕੋਲੋਂ ਲੈਣਾ, ਕਿਉਂਕਿ ਧਰਮ ਨਾਮ ਥੱਲੇ ਗੁਣਾ ਹੋ ਰਹੇ ਨੇ, ਜੇਲ ਬਣ ਰਹੀ ਹੈ, ਹਰ ਕੋਈ ਇਸ ਕੈਦਖਾਨੇ ਵਿੱਚ ਫਟ ਫਟਾ ਰਿਹਾ ਹੈ, ਬੜੀਆਂ ਔਕੜਾਂ ਜੀਵਨ ਵਿੱਚ ਸਹਾਰ ਰਿਹਾ ਹੈ, ਅਤੇ ਧਰਮ ਨਾਮ ਦੀ ਜੇਲ੍ਹ ਥੱਲੇ ਆਉਣ ਵਾਲੇ ਸਮੇਂ ਅੰਦਰ ਮੈਂ ਇਸ ਸਬਜੈਕਟ ਨੂੰ ਅਗਾਂਹ ਤੋਰਨਾ ਚਾਹਾਂਗਾ। ਸਾਨੂੰ ਪਤਾ ਲੱਗ, ਅਸੀਂ ਵੀ ਇਹਨਾਂ ਔਕੜਾਂ ਵਿੱਚ ਫਸੇ ਹੋਏ ਹਾਂ। ਸੱਚਾਈ ਇਹ ਹੈ, ਅਸੀਂ ਡਰ ਰਹੇ ਹਾਂ ਗੁਰੂ ਦਾ ਭੇਤ ਦੱਸਣ ਲਈ ਵੀ, ਗੁਰੂ ਭੇਤ ਦੇ ਰਿਹਾ। ਜੇ ਕਦੀ ਅਸੀਂ ਉਸ ਭੇਤ ਨੂੰ ਸਮਝ ਆਈਏ, ਸਾਡਾ ਧਰਮ ਇੱਕ ਵਿਗਾਸ ਹੈ, ਖੁਸ਼ੀ ਹੈ, ਖੇੜਾ ਹੈ। ਪਰ ਅਸੀਂ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਧਰਮ ਨੂੰ ਜੇਲ੍ਹ ਬਣਾ ਦਿੱਤਾ ਹੈ, ਜਿਨ੍ਹਾਂ ਨੇ ਕਦੀ ਸ਼ਰ੍ਹਾਂ ਦੇ ਨਾਮ ਥੱਲੇ, ਕਦੇ ਸਿਮਰਤੀਆਂ ਦੇ ਨਾਮ ਥੱਲੇ ਬਣਾਇਆ ਸੀ, ਉਹਨਾਂ ਨੇ ਅੱਜ ਵੀ ਬਣਾਇਆ ਹੈ। ਅਸੀਂ ਉਸ ਧਰਮ ਦੀ ਪਾਲਣਾ ਕਰਦੇ ਕਰਦੇ, ਉਸ ਧਰਮ ਨੂੰ ਸੰਭਾਲਦੇ ਸੰਭਾਲਦੇ ਹੀ ਜੇਲ੍ਹ ਵਿੱਚ ਬੈਠੇ ਹਾਂ। ਵਿਗਾਸ ਕੋਈ ਨਹੀਂ। ਸੋ ਆਓ ਅਸੀਂ ਗੁਰੂ ਕੋਲੋਂ ਭੇਤ ਜਾਣੀਏ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾਚਕ ਹਾਂ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।